ਸਭ ਤੋਂ ਪਹਿਲਾਂ ਮੇਰੇ ਵੱਲੋਂ ਯਾਨੀ ਕਿ ਗੁਰਮੁਖ ਸਿੰਘ ਮਟੌਡਾ ਵੱਲੋਂ ਸਾਰੇ ਸਤਿਕਾਰਯੋਗ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਅਸੀਂ ਅੱਜ ਡਰਮ ਸੀਡਰ ਨਾਲ ਸੁੱਕੇ ਕੱਦੂ ਵਿੱਚ ਜੀਰੀ ਦੀ ਬਿਜਾਈ ਸ਼ੁਰੂ ਕਰਨ ਲੱਗੇ ਹਾਂ, ਜੋ ਕਿ ਡਾਕਟਰ ਦਲੇਰ ਸਿੰਘ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਤੋਂ ਰਿਟਾਇਰਡ ਅਫਸਰ ਨੇ। ਉਹਨਾਂ ਦੀ ਸੇਧ, ਉਹਨਾਂ ਦੀ ਵਿਧੀ ਸਦਕਾ ਸੁੱਕੇ ਕੱਦੂ ਵਿੱਚ ਡਰਮ ਸੀਡਰ ਨਾਲ 126 ਵਰਾਇਟੀ ਝੋਨੇ ਦੀ ਬਿਜਾਈ ਸ਼ੁਰੂ ਕਰਨ ਲੱਗੇ ਹਾਂ, ਜੋ ਕਿ ਬਹੁਤ ਵਧੀਆ ਉਪਰਾਲਾ ਡਾਕਟਰ ਸਾਹਿਬ ਦਾ। ਅਤੇ ਕੱਲ੍ਹ ਪਰਸੋਂ ਸੁੱਕਾ ਕੱਦੂ ਕੀਤਾ ਸੀ ਕਿਸਾਨ ਭਰਾਵੋ, ਅਤੇ ਕੱਲ੍ਹ ਪਾਣੀ ਲਾਇਆ ਸੀ ਇਹਨੂੰ, ਪਾਣੀ ਤਕਰੀਬਨ ਦੇਖੋ ਤੁਸੀਂ ਉੱਦਾਂ ਹੀ ਖੜ੍ਹਾ। ਅਤੇ ਲੇਬਰ ਦੀ ਬੱਚਤ ਹੈ ਇਸ ਨਾਲ, ਇੱਕੋ ਬੰਦਾ ਤਕਰੀਬਨ 2 ਘੰਟੇ ਵਿੱਚ 1 ਕਿੱਲਾ ਲਾ ਦੂਗਾ। ਪਾਣੀ ਦੀ ਵੀ ਕਾਫੀ ਬੱਚਤ ਹੈ, 10 ਕੁ ਦਿਨ ਆਪਾਂ ਪਾਣੀ ਖੜਾ ਕੇ ਰੱਖਣਾ ਇਹਦੇ ਵਿੱਚ, ਉਹ ਤੋਂ ਬਾਅਦ 'ਚ ਹਫ਼ਤੇ ਬਾਅਦ ਪਾਣੀ ਲਾਉਣਾ, ਅਤੇ ਲੇਬਰ ਦੀ ਕੋਈ ਜ਼ਰੂਰਤ ਨਹੀਂ। ਮੇਰੀ ਸਾਰੇ ਕਿਸਾਨ ਭਰਾਵਾਂ ਨੂੰ ਅਪੀਲ ਹੈ ਕਿ ਤੁਸੀਂ ਵੀ ਟਰਾਇਲ ਵਜੋਂ 1 ਕਿੱਲਾ 2-2 ਕਿੱਲੇ ਜ਼ਰੂਰ ਕਰਕੇ